ਸਵਾਸਾ ਸੰਗ ਨਿਭਾਹੀ ਤਿੰਨਾਂ ਪ੍ਰਾਰਥਨਾ ਦੇ ਵਰਤਮਾਨ
ਸਮੂਹ ਸਿੰਘ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾਵਨ ਕੈ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆ ਰਿਆਇਤ ਦੇਖ ਦੇਖ ਫਤਿਹ ਬੜਕ ਕੀ ਪੈਜ ਪੰਥ ਕੀ ਜੇਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਦਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਆਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸੁਨਾਮ ਚੌਂਕੀਆਂ ਚੰਡੇ ਰੂੰਝੇ ਸੁੱਕੋ ਜੀ ਦਾ ਤਲ ਧਰਮ ਦਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਬੜੀ ਸੁਣੀ ਬਾਣੀ ਸਤਖੰਡ ਦਰਗਾਹ ਚ ਪ੍ਰਵਾਨ ਕਰਨੀ ਬੜੀ ਸੁਣੀ ਬਾਣੀ ਦਾ ਫਲ ਸਤਿਕਾਰ ਯੋਗ ਮਾਤਾ ਰਵਿੰਦਰ ਕੌਰ ਜੀ ਆਉਣਾ ਰੂਹ ਬਖਸ਼ੀ ਕਰਨਾ ਪਿੱਛੇ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਕਰਨਾ ਤਿਣਕੀ ਬਾਤ ਬਿਲਾਨੇ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਘਰ ਬਾਤਿਓ ਗੁਰ ਕੀਓ ਗੰਧਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਘਰ ਬਾਤਿਓ ਗੁਰ ਕੀਓ ਗੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਣਾ ਰੌਣਾ ਹੋ ਰਹੇ ਆਨੰਦ ਨ ਪੰਡ ਫਕੀਰ ਬਾਰੀ ਆਪੋ ਆਪਣੀ ਹੋਏ ਨਾ ਪੰਦਰ ਦੀ ਸਾਡੇ ਸਤਿਕਾਰਯੋਗ ਮਾਤਾ ਰਵਿੰਦਰ ਕੌਰ ਜੀ ਇਹਨਾਂ ਨੂੰ ਜਿੰਨੀ ਕੁ ਅਕਾਲ ਪੁਰਖ ਨੇ ਸਵਾਸਾ ਰੂਪੀ ਪੂੰਜੀ ਬਖਸ਼ੀ ਸੀ ਉਹ ਪੂਰੀ ਕਰਦਿਆਂ ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਾਧ ਸੰਗਤ ਜੀ ਜਦੋਂ ਵੀ ਅਸੀਂ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਅੰਤਮ ਅਰਦਾਸ ਵਿੱਚ ਜੁੜ ਬੈਠਦੇ ਹਾਂ ਅੱਜ ਅਸੀਂ ਸਾਰੇ ਮਾਤਾ ਰਜਿੰਦਰ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹਾਂ ਸੋ ਮਾਤਾ ਜੀ ਮੈਂ ਸਮਝਦਾ 75-76 ਸਾਲ ਦੇ ਸੀ ਕਿ ਸਦੀਵੀ ਵਿਛੋੜਾ ਦੇ ਕੇ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਕੁਲਵੀਰ ਜੀ ਨੇ ਦੱਸਿਆ ਕਿ ਪਿੰਡ ਦੇ ਪ੍ਰਤੀ ਸੇਵਾਵਾਂ ਲੰਬਾ ਸਮਾਂ ਮੈਂਬਰ ਪੰਚਾਇਤ ਰਹੇ ਔਰ ਉਹਨਾਂ ਦੀ ਇੱਕ ਸ਼ਖਸੀਅਤ ਸੀ ਕਿ ਆਪਣੀ ਰਾਏ ਰੱਖਦੇ ਸੀ ਕਈ ਵਾਰੀ ਆਪਾਂ ਬਣ ਜਾਂਦੇ ਹਾਂ ਕੁਛ ਤੇ ਚੁੱਪ ਚਪੀਤੇ ਬੈਠ ਕੇ ਵੀ ਸਾਨੂੰ ਕੋਈ ਮਾੜਾ ਨਾ ਕਹੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾ ਕੇ ਅਸੀਂ ਆ ਜਾਂਦੇ ਹਾਂ ਚਾਚਾ ਰੱਖਾ ਕਰੋ ਤੋ ਆਪਕੋ ਲੈ ਜਾਣਾ ਚਾਰ ਲੈ ਜਾਣਾ ਹਾਂ
ਹੈ ਨੰਦੀ ਸਾਹਿਬ ਸਵਾਏ ਦਰਸ਼ਨ ਪਰਸੀਐ ਗੁਰੂ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਪਿਖੋ ਨੈਣ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਫਤਿਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਤਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਕਿਰਪਾ ਦਾਨ ਪਤਕ ਪਾਵਨ ਭਗਤ ਵਤਸਲ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰਗੱਦੀ ਤੇ ਸਵਾਏ ਮਾਣ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਹੁਕਮਨਾਮਾ ਬਖਸ਼ਿਆ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਜਿਹਾ ਚੀਰੀ ਲਿਖਿਆ ਤੇ ਹੁਕਮ ਕੁਮਾਰ ਕੱਲੇ ਆਪ ਹੈ ਨਾਨਕਾ ਸੱਦੇ ਉੱਠੀ ਜਾਏ ਕੀਰਤਨ ਕਰੀਏ ਸਾਰੇ ਪਾਪ ਜਰਾ ਮਰਾ ਨੱਠ ਜਾਂਦੇ ਹਨ ਦੂਰ ਹੋ ਜਾਂਦੇ ਹਨ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਮੇਰੇ ਮਾਲਕ ਪ੍ਰਭੂ ਜੀ ਨੇ ਅਰਦਾਸ ਬੇਨਤੀ ਸੁਣੀ ਹੈ ਜੋ ਸੱਚੇ ਮਨ ਨਾਲ ਅਰਦਾਸ ਕਰਦਾ ਹੈ ਬਿਰਥੀ ਕਦੇ ਨਾ ਹੋਊਗੀ ਜਨ ਕੀ ਅਰਦਾਸ ਅਰਦਾਸ ਕਦੇ ਵਿਅਰਥ ਨਹੀਂ ਹੁੰਦੀ। ਸਰਬ ਕਲਾ ਬਣ ਆਈ ਸਰਬ ਕਲਾ ਸਰਬ ਸ਼ਕਤੀਆਂ ਬਣ ਆਈਆਂ ਪ੍ਰਗਟ ਭਈ ਸਗਲੇ ਜੁਗਾਂਤਰ ਗੁਰੂ ਨਾਨਕ ਦੀ ਵਡਿਆਈ। ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਹਨ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਪ੍ਰਗਟ ਹੋ ਗਈ। ਡੋਲਨ ਤੇ ਰੱਖੋ ਪ੍ਰਭੋ ਨਾਨਕ ਦੇ ਘਰ ਹੱਥ ਜਿਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਤੁਈ ਨਾਉ ਨ ਜਾਣੈ ਮੇਰਾ ਇੱਕ ਅਦੁੱਤੀ ਗੁਰੂ ਨਾਨਕ ਦੇਵ ਓਅੰਕਾਰ ਗੁਰ ਅੰਗ ਦੇ ਅਭੇਦ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸੈਭੰ ਗੁਰ ਦਸ਼ਮੇਸ਼ ਸਹਾਏ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਵੰਦਨ ਭਗਵਾਨਾ ਜੀਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹੋ ਕਰੀ ਬਖਵਾਨ ਕਹਾ ਬੁੱਧ ਪ੍ਰਭ ਤੁਛ ਹਮਾਰੀ ਮਹਿਮਾ ਜੋ ਵਰਣਤ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ
आप ले हो हर कथा सुधारी आए प्रभु शरणागति कृपा निध दयाल एक अखर हर मस्त नानक होत निहार बेशुमार अथा अगणित अतुल ज्यों बुलावो हो त्यों नानक दास बोले ਲੋਕ ਦੀ ਧਰਤੀ ਤੇ ਭੇਜਿਆ ਸੀ ਉਹਨਾਂ ਪ੍ਰਾਣਾਂ ਨੂੰ ਸੁਰਾਸਾਂ ਨੂੰ ਸੰਪੂਰਨ ਕਰਦੇ ਹੋਏ ਮਾਤ ਲੋਕ ਦੀ ਯਾਤਰਾ ਕਰਦੇ ਹੋਏ ਗੁਰਾਂ ਦੇ ਸਰਬੀ ਹੁਕਮ ਅਨੁਸਾਰ ਰਾਣਾ ਰਾਓ ਨੰਗੋ ਰਹਿ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ
ਕੋਈ ਨਾ ਬੰਧੇ ਤੇਰੇ। ਸੋ ਇਸ ਰੱਬੀ ਹੁਕਮ ਅਨੁਸਾਰ ਤਨ ਕਰਕੇ ਆਪਣੇ ਕੋਲੋਂ ਸਦਾ ਵਾਸਤੇ ਵਿਛੜ ਚੁੱਕੇ ਨੇ ਸਤਿਕਾਰਯੋਗ ਮਾਤਾ ਰਵਿੰਦਰ ਕੌਰ ਜੀ। ਅੱਜ ਆਪਾਂ ਸਾਰੀਆਂ ਸੰਗਤਾਂ ਪਰਿਵਾਰ ਦੇ ਨਾਲ ਆ ਕੇ ਦੁੱਖ ਮਨਾਏ ਆ, ਦੁੱਖ ਦੀ ਘੜੀ ਵਿੱਚ ਸ਼ਰੀਕ ਹੋਏ ਹਾਂ ਔਰ ਸੰਗਤੀ ਰੂਪ ਵਿੱਚ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਇਕੱਤਰ ਹੋ ਕੇ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ। ਗੁਰਾਂ ਦੀ ਜੜਾਈ ਹੋਈ ਰਹਿਤ ਮਰਿਆਦਾ ਅੱਜ ਤੈ ਕਾਲ ਜੋ ਉਹਦੇ ਵਿੱਚ ਸਾਰੀ ਪ੍ਰਕਿਰਤੀ ਆ ਗਈ ਹੈ, ਜਿਤਨਾ ਕੁਝ ਵੀ ਨਜ਼ਰ ਆ ਰਿਹਾ ਜਾਂ ਨਜ਼ਰ ਨਹੀਂ ਵੀ ਆ ਰਿਹਾ, ਦ੍ਰਿਸ਼ਟ ਮਾਨ ਹੈ ਸਗਲ ਮਥੇਨਾ। ਜਿਸ ਨੂੰ ਸਾਹਿਬ ਦੱਸਦੇ ਆ ਕਿ 42 ਲੱਖ ਧਰਤੀ ਦੇ ਥੱਲੇ ਜੀਵ ਨੇ, ਉਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਕਈ ਕੋਟ ਪਾਤਾਲ ਕੇ ਵਾਸੀ। ਗੁਰੂ ਅਰਜਨ ਸਾਹਿਬ ਮਹਾਰਾਜ ਵਚਨ ਕਰਦੇ ਆ ਕਈ ਕਰੋੜਾਂ ਪਾਤਾਲ ਦੇ ਵਾਸੀ ਨੇ, ਪਾਤਾਲ ਲੋਕ ਵਿੱਚ ਰਹਿੰਦੇ ਆ। ਮਹਾਂਪੁਰਖ ਦੱਸਦੇ ਸਾਨੂੰ 42 ਲੱਖ ਜੋਨਾਂ ਨੇ ਸਾਸਨ, 42 ਲੱਖ ਧਰਤੀ ਦੇ ਉੱਪਰ ਜੀਵ ਨੇ ਜਿਹਦੇ ਵਿੱਚ ਮਾਨਸ ਜਨਮ ਵੀ ਹੈ, 84 ਲੱਖ ਜੋਨ ਹੈ, ਲੱਖ 84 ਜੋਨ ਸੁਭਾਈ ਮਾਨਸ ਕਹੋ ਪ੍ਰਭ ਦੀ ਵਡਿਆਈ, 84 ਲੱਖ ਜੋਨ ਹੈ ਸਤਿਗੁਰ ਕਹੇ। ਪਰ ਦ੍ਰਿਸ਼ਟ ਮਾਨ ਹੈ ਸਗਲ ਮਥੇਨਾ। 84 ਲੱਖ ਜੋਨ ਦੇ ਵਿੱਚ ਸਾਹਿਬ ਨੇ ਹੁਕਮ ਕੀਤਾ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਜਿਹੜਾ ਵੀ ਜੀਵ ਪੈਦਾ ਹੋ ਗਿਆ ਉਹਨੇ ਇੱਕ ਦਿਨ ਬਿਨਸ ਜਾਣਾ ਹੈ। ਆਖੂ ਸਤਨਾਮ ਸ੍ਰੀ ਵਾਹਿਗੁਰੂ। ਦੇਹੀ ਭਜ ਹਰ ਕੀ ਸੇਵ। ਦੇਵ ਕਹਿੰਦੇ ਆ ਦੇਵਤਿਆਂ ਨੂੰ, ਸਤਿਗੁਰੂ ਕਹਿੰਦੇ ਇਸ ਮਾਨਸ ਜਨਮ ਨੂੰ ਦੇਵਤੇ ਵੀ ਲੋਚਦੇ ਨੇ। ਦੇਵਤੇ 33 ਕਰੋੜ ਮੰਨੇ ਜਾਂਦੇ ਆ ਸਾਸ, 96 ਕਰੋੜ ਮੇਘਮਾਲਾ ਹੈ ਬੱਦਲਾਂ ਦੀ ਸੈਨਾ, ਕਿੰਨੇ ਹੀ ਕਿੰਨਰ ਨੇ, ਗੰਧਰਵ ਨੇ, ਅਪਛਰਾਂ ਨੇ, ਦੇਵਤੇ ਸਰੂਪ ਨੇ। ਇੱਥੋਂ ਤੱਕ ਇਹਨਾਂ ਦੇ ਉੱਪਰ ਹੁਕਮ ਚੱਲਦਾ ਇੰਦਰ ਦੇਵਤੇ ਦਾ। ਇੰਦਰ ਦੇਵਤੇ ਸਣੇ ਸਾਰੇ ਜਿਹੜੇ ਦੇਵਤੇ ਨੇ ਇਸ ਮਾਨਸ ਜਨਮ ਦੀ ਇੱਛਾ ਰੱਖਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਮਾਨਸ ਜਨਮ ਅੱਜ ਆਪਾਂ ਨੂੰ ਪ੍ਰਾਪਤ ਹੋਇਆ ਹੋਇਆ ਹੈ, ਸਤਿਗੁਰੂ ਦੱਸਦੇ ਨੇ ਕਿ ਬੜੇ ਯੁੱਗਾਂ ਤੋਂ ਬਾਅਦ ਆਪਾਂ ਨੂੰ ਪ੍ਰਾਪਤ ਹੋਇਆ ਹੈ। ਪਿੱਛੇ ਵੀ ਆਪਾਂ ਚੱਲਦੇ ਹੀ ਆਏ ਹਾਂ, ਬੜਾ ਸਮਾਂ ਹੋ ਗਿਆ, ਪਰ ਉਹ ਯਾਦ ਅੱਜ ਆਪਾਂ ਨੂੰ ਵਿਸਰ ਚੁੱਕੀ ਹੈ। ਕਿਉਂ ਵਿਸਰੀ ਹੈ ਪਿਛਲੀ ਯਾਦ? ਕਿਉਂਕਿ ਜਦੋਂ ਤੋਂ ਹੀ ਆਪਣਾ ਜਨਮ ਹੋਇਆ ਹੈ ਉਦੋਂ ਤੋਂ ਹੀ ਲਿਵ ਟੁੱਟ ਗਈ ਹੈ, ਸੁਰਤ ਟੁੱਟ ਗਈ ਹੈ ਨਾਮ ਦੇ ਨਾਲੋਂ। ਉਹ ਨਾਮ ਸਰੀਰ ਦੇ ਕਣ ਕਣ ਦੇ ਵਿੱਚ ਵਸ ਰਿਹਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਵਿਸਰਾਮ। ਜਦੋਂ ਮਾਂ ਦੇ ਉਦਰ ਦੇ ਵਿੱਚ ਜੀਵ ਆਉਂਦਾ ਹੈ ਉਦੋਂ ਇਹਦੀ ਲਿਵ ਲੱਗੀ ਹੋਇਆ ਕਰਦੀ ਹੈ ਨਾਮ ਦੇ ਨਾਲ। ਸਤਿਗੁਰੂ ਜੀ ਦੱਸਦੇ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਰਚਾਂਤ ਜੀ ਰਚਨਾ ਮਾਤ ਗਰਭ ਅਸਥਾਪਨੰ, ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾਗਨਾਸਨ। ਮਾਂ ਦੇ ਉਦਰ ਦੇ ਵਿੱਚ ਲਿਵ ਲੱਗੀ ਹੁਣ ਸਦਕਾ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਜਪਦਾ। ਪਿਛਲਿਆਂ ਜਨਮਾਂ ਦਾ ਇਹਨੂੰ ਫਿਰ ਗਿਆਨ ਹੋਇਆ ਕਰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿੱਛੇ ਜਿੰਨੀ ਸੋਝੀ ਸੀ ਜਿਹੜੀ ਅਪਮੋਹਣੀ, ਜਿਨ ਬਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤਰਾ ਹੈ। ਜਨਮ ਲੈਂਦਿਆਂ ਸਾਰੀ ਮਾਇਆ ਨੇ ਐਸੀ ਖੇਡ ਵਰਤਾ ਦਿੱਤੀ, ਲਿਵ ਦੇ ਨਾਲੋਂ ਤੋੜ ਦਿੱਤਾ, ਆਪਣੇ ਅਸਲੀ ਨਿੱਜ ਸਰੂਪ ਨੂੰ ਭੁੱਲ ਗਿਆ ਤੇ ਆਪਣੇ ਆਪ ਨੂੰ ਸਰੀਰ ਜਾਣਨ ਲੱਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਾਂ ਨੂੰ ਆਪਣੇ ਨਿੱਜ ਸਰੂਪ ਦਾ ਗਿਆਨ ਕਰਾਉਂਦੇ ਆ।
ਸਰੀਰ ਬਾਰੇ ਵੀ ਦੱਸਦੇ ਆ ਸਤਿਗੁਰੂ, ਉਹ ਸੁਚੇਤਨ ਅਵਸਥਾ ਵਾਸਤੇ ਵੀ ਦੱਸ ਰਹੇ ਨੇ ਜਿਹੜੀ ਸਰੀਰ ਦੇ ਵਿੱਚ ਵਿਚਰਦੀ ਰਹੀ ਹੈ, ਸਾਰਿਆਂ ਵਿੱਚ ਵਿਚਰ ਰਹੀ ਹੈ, ਸਤਿਕਾਰਯੋਗ ਮਾਤਾ ਜੀ ਵਿੱਚ ਵੀ ਵਿਚਰਦੀ ਰਹੀ ਹੈ। ਅੱਜ ਉਹ ਚੇਤਨ ਸ਼ਕਤੀ ਜਦੋਂ ਹੀ ਚਲੇਗੀ, ਸਰੀਰ ਨੂੰ ਉਹਨੇ ਤਿਆਗ ਦਿੱਤਾ, ਉਸੇ ਵੇਲੇ ਸਰੀਰ ਢਹਿ ਢੇਰੀ ਹੋ ਗਿਆ, ਮਿੱਟੀ ਹੋ ਗਿਆ। ਸਤਿਗੁਰੂ ਸਰੀਰ ਦੀ ਅਵਸਥਾ ਨੂੰ ਵੀ ਦੱਸਦੇ ਆ, ਫਰੀਦਾ ਧੂਰ ਸੁਗੇਲ ਕਹਿ, ਅੱਜ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਹੈ। ਕਈ ਜਨਮ ਭਏ ਕੀਟ ਪਤੰਗਾ, ਸਤਿਗੁਰੂ ਕਹਿੰਦੇ ਉਹ ਵੀ ਜਨਮ ਸੀ ਜਿਹੜੇ ਆਪਾਂ ਹੀ ਧਾਰਨ ਕੀਤੇ ਨੇ, ਪਰ ਅੱਜ ਆਪਾਂ ਨੂੰ ਭੁੱਲ ਚੁੱਕੇ ਨੇ। ਗੁਰਾਂ ਨੇ ਕਾਰਨ ਦੱਸ ਦਿੱਤਾ ਹੈ ਕਿ ਕਾਰਨ ਕੀ ਹੋਇਆ, ਕਿਉਂ ਉਹ ਯਾਦ ਵਿਸਰ ਚੁੱਕੀ ਹੈ, ਨਾਮ ਦੇ ਨਾਲ ਉਹ ਸੁਰਤ ਟੁੱਟ ਚੁੱਕੀ ਹੈ। ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਖਸਮ ਵਾਹਿਗੁਰੂ ਨੂੰ ਵਿਸਾਰ ਦਿੱਤਾ, ਉਹਦੀ ਮਾਇਆ ਦੇ ਨਾਲ ਚਿੱਤ ਲਾ ਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਵਾਸਤੇ ਸਤਿਗੁਰੂ ਹੁਣ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਨੇ ਭਾਈ, ਜੇ ਤੈਨੂੰ ਗਿਆਨ ਭੁੱਲਨੇ ਆ, ਕਿਉਂਕਿ ਲੋਕ ਪ੍ਰਲੋਕ ਦੇ ਵਾਹਿਗੁਰੂ ਮਾਲਕ ਨੇ, ਦੋਵੇਂ ਪਾਸੇ ਵਰਤਣ ਵਾਲੇ ਨੇ, ਦੋਹਾਂ ਸਿਰਿਆਂ ਕਾ ਆਪ ਸਵਾਮੀ, ਖੇਲੈ ਵਿਗਸੈ ਅੰਤਰ ਜਾਮੀ। ਸਰੀਰ ਦੀ ਕਿਰਿਆ ਨੂੰ ਪਹਿਲਾਂ ਸਤਿਗੁਰੂ ਸਮਝਾਉਂਦੇ ਨੇ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਝੂਠ ਕੂੜ ਕਹਿੰਦੇ ਆ ਝੂਠ ਨੂੰ। ਜਿਹੜਾ ਤੂੰ ਰਾਜਾ ਵੇਖ ਰਿਹਾ, ਇਹਦੇ ਕੋਲ ਬੜਾ ਸੁੱਖ ਹੈ, ਇਹਦਾ ਹੁਕਮ ਚੱਲ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਵਾਲ। ਵਾਹਿਗੁਰੂ ਸਦਾ ਰਹਿਣ ਵਾਲਾ ਹੈ ਤੇ ਨਾਸ ਤੋਂ ਰਹਿਤ ਹੈ। ਆਖੋ ਸਭ ਜਿਹਦੇ ਅਪਾਂਸ ਸੀ, ਆਤਮਾ ਕਰਕੇ ਸੀ, ਮਨ ਕਰਕੇ ਸੀ, ਸਰੀਰ ਕਰਕੇ ਨਹੀਂ ਸੀ, ਉਸ ਵਾਹਿਗੁਰੂ ਨੂੰ ਵਿਸਾਰ ਦਿੱਤਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਸਤਿਗੁਰੂ ਕਹਿੰਦੇ ਕੂੜ ਕੂੜੈ ਨੇਹੋ ਲੱਗਾ, ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ। ਮਹਾਂਪੁਰਖਿਓ ਧਾਰਨਾ ਵੀ ਪੜਾਉਂਦੇ ਸਨ, ਇਹ ਤਾਂ ਸਭ ਜਗ ਚੱਲਣਹਾਰ, ਇਹਦੇ ਨਾਲ ਕਰਾਂ ਦੋਸਤੀ, ਕਰੀਏ ਤੋ ਨਾਲ ਜੀ।
ਸਤਿਗੁਰੂ ਕਹਿੰਦੇ ਜਿਤਨੀ ਪ੍ਰਕਿਰਤੀ ਭਾਈ ਵੇਖ ਰਿਹਾ ਸਾਰਿਆਂ ਦਾ ਅੰਤ ਸਮਾਂ ਇੱਕ ਦਿਨ ਜ਼ਰੂਰ ਆਉਣਾ ਹੈ ਕਿਉਂਕਿ ਬਾਬਾ ਨਾਂਗੜਾ ਆਇਆ ਜਗ ਮੈਂ ਹੈ ਦੁੱਖ ਸੁੱਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਗ ਕਮਾਇਆ ਜਿੰਦ ਦਾ ਸਾਹਾ ਲਿਖ ਦਿੱਤਾ ਅਖੀਰਲਾ ਦਿਨ ਨਿਸ਼ਚਿਤ ਕਰ ਦਿੱਤਾ ਮਰਨ ਲਿਖਾਏ ਮੰਡਲ ਮੈਂ ਆਏ ਭਾਵੇਂ ਰਾਜਾ ਹੈ ਭਾਵੇਂ ਪਰਜਾ ਹੈ ਰਾਜਾ ਪਰਜਾ ਸਮ ਕਰ ਮਾਰੈ ਐਸੋ ਕਾਲ ਵਿਡਾਨੀ ਰੇ ਸਤਿਗੁਰੂ ਕਹਿੰਦੇ ਕਾਲ ਇਹ ਨਹੀਂ ਦੇਖਦਾ ਕਿ ਇਹ ਰਾਜਾ ਹੈ ਇਹ ਨਹੀਂ ਵੇਖਦਾ ਕਿ ਉਹਦੀ ਪਰਜਾ ਹੈ ਇਹ ਗਰੀਬ ਹੈ ਇਹ ਅਮੀਰ ਹੈ ਕਾਲ ਸਾਰਿਆਂ ਨੂੰ ਸਮ ਕਰਕੇ ਮਾਰਦਾ ਜਿਹਦਾ ਸਮਾਂ ਆ ਜਾਂਦਾ ਇੱਕ ਵੀ ਸਵਾਸ ਵੱਧ ਘੱਟ ਨਹੀਂ ਲੈਣ ਦਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਆਪਾਂ ਸਾਰੀਆਂ ਸੰਗਤਾਂ ਜਿੰਨੇ ਵੀ ਹੈ ਵਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਨੌ ਦਰਵਾਜੇ ਸਰੀਰ ਦੇ ਪ੍ਰਗਟ ਕਰ ਦਿੱਤੇ ਨੇ ਦਸਵਾਂ ਗੁਪਤ ਰੱਖਿਆ ਹੈ ਉਸ ਗੁਪਤ ਦੇ ਵਿੱਚ ਮਿਲਣਾ ਹੀ ਆਤਮਾ ਔਰ ਪਰਮਾਤਮਾ ਦਾ ਮਿਲਾਪ ਗਿਣਿਆ ਜਾਂਦਾ ਹੈ ਤੇ ਆਉਣਾ ਜਾਣਾ ਖਤਮ ਹੋ ਸਕਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰ ਦੁਆਰ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਗੁਰੂ ਦੇ ਦੁਆਰਾ ਜਦੋਂ ਸਿੱਖ ਭਾਵਨਾ ਲਿਆਉਂਦਾ ਆਪਣੇ ਗੁਰਾਂ ਦੇ ਉੱਪਰ ਗੁਰੂ ਦੀ ਸੇਵਾ ਕਮਾਉਂਦਾ ਗੁਰੂ ਵਾਲਾ ਬਣ ਕੇ ਬਾਣੀ ਪੜ੍ਹਦਾ ਸੇਵਾ ਕਰਦਾ ਨਾਮ ਜਪਦਾ ਇਹਦੀ ਆਤਮਕ ਤਰੱਕੀ ਹੁੰਦੀ ਜਾਂਦੀ ਹੈ ਫਿਰ ਵਾਹਿਗੁਰੂ ਜੀ ਖੁਸ਼ ਹੁੰਦੇ ਆ ਇਹਦੇ ਉੱਪਰ ਇੱਕ ਦਿਨ ਸਿਖਰ ਦੇ ਪੁੰਨ ਬਣ ਜਾਂਦੇ ਨੇ ਗੁਰ ਦੁਆਰ ਲਾਏ ਭਾਵਨੀ ਫਿਰ ਇੱਕ ਨਾ ਦਸਵਾਂ ਦੁਆਰ ਦਿਖਾਇਆ ਜਿਹੜਾ ਆਪਣਾ ਨਿੱਜ ਆਸਨ ਸਰੀਰ ਦੇ ਵਿੱਚ ਹੀ ਵਾਹਿਗੁਰੂ ਨੇ ਰੱਖਿਆ ਹੋਇਆ ਹੈ ਕਿਸੇ ਕਿਸੇ ਨੂੰ ਫਿਰ ਵਿਖਾ ਵੀ ਦਿੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਹਿ ਅਨੇਕ ਰੂਪ ਨਾਉ ਨਵ ਨਿਤ ਜਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕਹਿ ਬਾਜਾ ਪਵਨ ਵਜਾਏ ਆ ਪੌਣੇ ਬੋਲਦੀ ਹੈ ਸਰੀਰ ਦੇ ਵਿੱਚੋਂ ਕਿਸੇ ਦੇ ਵਿੱਚੋਂ ਵੀ ਬੋਲਦੀ ਹੈ ਪੌਣੇ ਬੋਲਦੀ ਹੈ ਤੇ ਆਪਣਾ ਸਰੂਪ ਇਹੀ ਹੈ ਫਿਰ ਆਖੋ ਸਤਨਾਮ ਸ੍ਰੀ ਕਹਿ ਕਬੀਰ ਤੂੰ ਰਾਮ ਕੀ ਅੰਸ ਉਪਦੇਸ਼ ਕੀਤਾ ਜਾਂਦਾ ਸੀ ਜਿਹੜੇ ਪਿਆਰ ਵਾਲੇ ਸਿੱਖ ਸੀ ਉਹ ਗੁਰੂ ਦਾ ਵਚਨ ਕਮਾਉਂਦੇ ਸੀ ਜਿਨ੍ਹਾਂ ਨੇ ਵਚਨ ਕਮਾ ਲਿਆ ਅੱਜ ਤੱਕ ਉਹ ਸਦੀਵ ਕਾਲ ਵਾਸਤੇ ਅਮਰ ਹੋ ਗਏ ਅਮਰ ਰੂਹਾਂ ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਵਚਨ ਨਹੀਂ ਕਮਾਇਆ ਉਹਨਾਂ ਦਾ ਕੋਈ ਨਾਂ ਲੈਣਾ ਵੀ ਪਸੰਦ ਨਹੀਂ ਕਰਦਾ ਸੰਸਾਰ ਉਹਨਾਂ ਦੇ ਨਾਂ ਮਿਟ ਗਏ ਆਇਆ ਗਇਆ ਮੋਇਆ ਨਾਉ ਇੱਛੈ ਬੱਤਲ ਸਦਿਓ ਕਾਵ ਚੰਗਾ
ਫਿਰ ਗੁਰਾਂ ਦਾ ਵਚਨ ਹੋਇਆ ਤਿੰਨ ਵਾਰੀ ਆਵਾਜ਼ ਦਿੱਤੀ ਨਹੀਂ
ਨਾਂ ਦੀ ਆਵਾਜ਼ ਆਈ ਕਿ ਕਰਨੀ ਹੈ। ਮਹਾਰਾਜ ਕਹਿੰਦੇ ਜੇ ਹੈ ਜੀ ਤਾਂ ਫਿਰ ਹੈ ਹੀ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਪ ਲੜ ਗਿਆ, ਮੂਲਾ ਮਰ ਗਿਆ, ਸਾਹਿਬ ਗੁਰਾਂ ਕੋਲ ਲਿਆਏ, ਪਾਤਸ਼ਾਹ ਤੁਹਾਡਾ ਸਿੱਖ ਹੈ, ਭੁੱਲ ਹੋ ਗਈ, ਇਹਦੇ ਕੋਲੋਂ ਇਹਨੂੰ ਬਖਸ਼ ਦਿਓ। ਗੁਰੂ ਜੀ ਕਹਿੰਦੇ ਹੁਣ ਸਮਾਂ ਨਿਕਲ ਗਿਆ, ਇਹਨੂੰ ਪਰਮੇਸ਼ਰ ਦੇ ਡਾਢੀ ਮਾਰ ਵਾਇਤਾ ਹੈ, ਤੁਸੀਂ ਹੁਣ ਨਹੀਂ ਬਖਸ਼ਿਆ ਜਾਵੇਗਾ, ਬਖਸ਼ਣ ਦੀ ਜ਼ਰੂਰ, ਦਸਵੇਂ ਜਾਮੇ ਬਖਸ਼ਣਗੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਸਮਾਂ ਮੂਲਾ ਜੂਨਾ ਭੋਗੇਗਾ, ਸਾਹਿਬ ਇਹਦੀ ਰੂਹ ਜੂਨਾ ਭੋਗੇਗੀ। ਫਿਰ ਹੋਇਆ ਸਤਸੰਗ ਜੀ ਐਸਾ, ਅੱਜ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਜਦੋਂ ਜੋਤ ਆਈ, ਸਤਿਗੁਰ ਦੀਆਂ ਅਨੇਕਾਂ ਦੁਸ਼ਟਾਂ ਦਾ ਸੰਘਾਰ ਕਰਦੇ ਹੋਏ ਇਹ ਸਤਸੰਗ ਜੀ ਨੰਦੇੜ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ। ਸਤਿਗੁਰ ਅਤੇ ਉਹ ਸਥਾਨ ਬਣਿਆ ਹੋਇਆ ਨੰਦੇੜ ਸਾਹਿਬ ਤੋਂ ਅੱਗੇ ਜਾ ਕੇ ਗੁਰਦੁਆਰਾ ਸ਼ਿਕਾਰ ਘਾਟ ਭਾਈ ਮੂਲੇ ਦੀ ਯਾਦ ਵਿੱਚ ਸੁਸ਼ੋਭਿਤ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਵੇਲੇ ਭਾਈ ਮੂਲਾ ਸ਼ਾਹੀ ਦੀ ਜੋਨ ਵਿੱਚ ਪਿਆ ਹੋਇਆ ਸੀ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਸ਼ਾਹੀ ਦੀ ਜੋਨ ਭੋਗ ਰਿਹਾ ਸੀ। ਲਾਇਆ ਤੀਰ ਲੱਗਿਆ, ਸਾਸਨ ਇਤਿਹਾਸ ਦੱਸਦਾ ਹੈ ਜਿਹੜੀ ਉਹਦੀ ਚੇਤਨਤਾ ਸ਼ਕਤੀ ਫਿਰ ਆਤਮਾ ਨਿਕਲੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖ ਪੁੱਛਦੇ ਆ, ਬਹਾਦਰ ਸ਼ਾਹ ਵੀ ਪੁੱਛਦਾ ਗੁਰੂ ਕਲਮੀਆਂ ਵਾਲੇ ਪਾਤਸ਼ਾਹ ਨੂੰ, ਪਾਤਸ਼ਾਹ ਇਹ ਕੌਣ ਹੈ? ਗੁਰਾਂ ਨੇ ਉਹਨਾਂ ਨੂੰ ਇਹ ਦਿਖਾਇਆ ਦ੍ਰਿਸ਼ਟਾਂਤ ਦ੍ਰਿਸ਼, ਆਪਣੇ ਗੁਰਾਂ ਨੇ ਆਪਣੇ ਕੋਲੋਂ ਕੁਝ ਦਿਖੋ ਕੇ ਨਹੀਂ ਰੱਖਿਆ, ਆਖਿਆ ਜੇ ਗੁਰੂ ਦੇ ਨਾਲ ਜੁੜ ਕੇ ਰਹੋਗੇ ਤਾਂ ਸਹਿਜੇ ਸੱਚਖੰਡ ਵਿੱਚ ਵਾਸਾ ਕਰੋਗੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਵਾਗਮਨ ਤੋਂ ਮੁਕਤ ਹੋ ਜਾਵੋਗੇ। ਜੇ ਗੁਰੂ ਦਾ ਵਚਨ ਨਹੀਂ ਕਮਾਵੋਗੇ, ਆਪਣੀ ਮਨ ਮਤ ਧਾਰਨ ਕਰੀ ਰੱਖੋਗੇ, ਗੁਰੂ ਤੋਂ ਦੂਰ ਵੀ ਹੋ ਜਾਵੋਗੇ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ, ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ, ਅਨੇਕ ਜੁਨੀ ਭਰਮ ਆਵੇ ਬਿਨ, ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ, ਸਤਿਗੁਰ ਮੁਕਤ ਨਾ ਪਾਏ। ਮੁਕਤੀ ਨੂੰ ਤਾਂ ਆਪਾਂ ਜਾਣਦੇ ਹੀ ਹੈ, ਅੱਜ ਮੁਕਤੀ ਲਈ ਉਹ ਗੁਰਾਂ ਦੇ ਚਰਨਾਂ ਵਿੱਚ ਬੈਠੇ ਆ, ਸਰਕਾਰ ਜੋ ਮਾਤਾ ਜੀ ਦੀ ਮੁਕਤੀ ਵਾਸਤੇ ਦੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰਾਂ ਤੋਂ ਹੀ ਪ੍ਰਾਪਤ ਹੁੰਦੀ ਹੈ, ਹੋਰ ਕਿਤੋਂ ਨਹੀਂ ਪ੍ਰਾਪਤ ਹੁੰਦੀ। ਸਤਿਗੁਰੂ ਅੱਜ ਸਤਿਗੁਰੂ ਜੀ ਨੇ ਫਿਰ ਕਿਰਪਾ ਕੀਤੀ, ਆਖਿਆ ਇਹ ਸਾਡਾ ਪਹਿਲੇ ਪ੍ਰਕਾਸ਼ ਦਾ ਸਿੱਖ ਹੈ ਭਾਈ ਬੋਲਾ, ਇਹ ਸਾਡੇ ਤੋਂ ਬੇਮੁੱਖ ਹੋ ਗਿਆ ਸੀ। ਗੁਰੂ ਜੀ ਕਹਿੰਦੇ ਅਸੀਂ ਆਪਣਾ ਵਚਨ ਦਿੱਤਾ ਸੀ, ਪੂਰਾ ਕੀਤਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਕਹਿੰਦੇ ਹੁਣ ਇਹਨੂੰ ਬਖਸ਼ਿਆ ਹੈ। ਇਹ ਸਾਧ ਫਿਰ ਬਵਾਣ ਆਇਆ ਦਰਗਾਹ ਦੇ ਵਿੱਚ, ਮੂਲੇ ਦੀ ਰੂਹ ਨੂੰ ਸੱਚਖੰਡ ਨੂੰ ਭੇਜਿਆ ਗੁਰਾਂ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਰਤਾਇਆ ਦੁੱਖ ਸਾਂਝਾ ਕੀਤਾ, ਉਹ ਸੰਗਤੀ ਰੂਪ ਵਿੱਚ ਗੁਰਾਂ ਦੇ ਚਰਨਾਂ ਵਿੱਚ ਇਕੱਤਰ ਹੋ ਕੇ ਕੀਰਤਨ ਭਗਤੀ ਦੁਆਰਾ ਸਾਡੇ ਸਰਕਾਰ ਜੋ ਮਾਤਾ ਜੀ ਦੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ। ਜਿੱਥੇ ਤੁਸੀਂ ਸਾਰੀਆਂ ਸੰਗਤਾਂ ਗੁਰਾਂ ਦੇ ਚਰਨਾਂ ਵਿੱਚ ਨਮਸਤਕ ਹੋਏ ਹੋ, ਉੱਥੇ ਆਓ। ਹੁਣ ਸਮਾਂ ਹੋਇਆ ਆਨੰਦ ਸਾਹਿਬ ਦਾ ਜਾਪ ਕਰੀਏ ਜੀ, ਉਪਰੰਤ ਅਰਦਾਸਾਂ ਵਿੱਚ ਸ਼ਾਮਲ ਹੋ ਕੇ ਇਸ ਰੂਹ ਦੇ ਨਿਮਿਤ ਗੁਰਾਂ ਦੇ ਚਰਨਾਂ ਵਿੱਚ ਬੇਨਤੀ ਜੋਗਰੀ ਕਰੀਏ ਕਿ ਵਾਹਿਗੁਰੂ ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ, ਬਹੁਰ ਨਾ ਪਹੁੰਚਣ ਤੇਰਾ, ਜਿਹੋ ਸੱਜਣਾ ਅਸੀਸਣੀਆਂ, ਜਿਉਂ ਹੋਵੇ ਸਾਹਿਬ ਸਿਉ ਮੇਰਾ। ਸਤਿਗੁਰ ਕਿਰਪਾ ਕਰਨ, ਮਾਤਾ ਜੀ ਦੀ ਰੂਹ ਨੂੰ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ੋ, ਪਿੱਛੇ ਪਰਿਵਾਰ ਨੂੰ ਸੰਗਤਾਂ ਨੂੰ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼। ਪਿਆਰੇ ਹੋ ਜਨਮ ਮਰਨ ਕੀਤੇ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਹੋਏ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਹੀ, ਸਤਿਗੁਰੂ ਸ਼ਬਦ ਕਹੋ ਹਰੀ ਕੇ ਮਨ ਜੀ।
Thank you.
ਸੇਵਾ ਕੀਤੀ ਹੈ ਦਾਨ ਮੰਗੀ ਦਾ ਗੁਰੂ ਕੇ ਲੰਗਰ ਚਲਾਏ ਗਏ ਨੇ ਸੇਵਾ ਦਾ ਫਲ
ਉਸ ਵਿਛੜੀ ਆਤਮਾ ਦੀ ਰੂਹ ਬਖਸ਼ੀ ਕਰਨਾ, ਪਿੱਛੇ ਪਰਿਵਾਰ ਨੂੰ ਭਾਣਾ ਮੰਗਦਾ ਵੱਲ ਬਖਸ਼ੀ ਕਰਨਾ, ਹਰ ਪ੍ਰਕਾਰ ਦੀ ਸਹਾਇਤਾ ਕਰਨੀ, ਇਸ ਜੀਵ ਨੂੰ ਆਵਾਗਮਨ ਚੱਕਰਾਂ ਨੂੰ ਬਚਾ ਕੇ ਆਪਣੇ ਚਰਨਾਂ ਕਰਨਾ, ਵਾਸ ਨਿਵਾਸ ਬਖਸ਼ੀ ਕਰਨਾ, ਹਰ ਪ੍ਰਕਾਰ ਦੀ ਸਹਾਇਤਾ ਕਰਨੀ ਸਤਿਗੁਰੂ। ਸੋ ਇਸੇ ਸਮੇਂ ਮੁੱਖ ਰੱਖਦੇ ਮੈਂ ਆਪ ਜੀ ਦੀ ਹਜ਼ੂਰੀ ਦੇ ਸਤਿਗੁਰੂ ਆਪ ਜੀ ਦੇ ਬਖਸ਼ਿਆਂ ਹੋਇਆਂ ਭੰਡਾਰਿਆਂ 'ਚੋਂ ਪੰਚਮ ਕੜਾਹ ਪ੍ਰਸ਼ਾਦ ਦੀ ਦੇਣ ਹਾਜ਼ਰ ਹੈ। ਸਤਿਗੁਰੂ ਆਪ ਜੀ ਭੋਗ ਲਾਓ, ਆਪ ਜੀ ਦਾ ਲੱਗਿਆ ਭੋਗ ਸੀਤ ਪ੍ਰਸ਼ਾਦ ਸੰਗਤਾਂ ਵਿੱਚ ਰੱਖ ਕੇ ਜੋ ਛਕਿਆ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਲਾ ਆਪ ਜੀ ਬਖਸ਼ੇ। ਜਿੰਨੀਆਂ ਸੰਗਤਾਂ ਨੇ ਆਪ ਦੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਸਭ ਦੀਆਂ ਹਾਜ਼ਰੀਆਂ ਦਾ ਆਪਣੇ ਪ੍ਰਵਾਨ ਕਰਨੀਆਂ, ਸਭ ਦੀਆਂ ਗੁਰਮਤੋਂ ਸਾਹਿਬ ਸੁਮਨ ਕਾਮਨਾ ਸੰਪੂਰਨ ਕਰਨੀਆਂ, ਸਤਿਗੁਰੂ ਜੀ ਕਰੋ ਕਿਰਪਾ। ਦਾ ਰਹੀਆਂ ਸੰਗਤਾਂ ਨੂੰ ਨਿਹਾਲ ਕਰੇ ਜੀ, ਹੁਕਮਨਾਮਾ ਸਿਰ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਧਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਤਬੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮੂਲ ਬੋਚ ਹੈ, ਰਾਜ ਕਰੇਗਾ ਖਾਲਸਾ ਸੁਖ ਮੇਰਾ ਤੋ ਵਿਦ ਨੀਕੀ ਖਟਾਨੀ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਵਿਦ ਨੀਕੀ ਖਟਾਨੀ, ਜੀਅ ਕੀ ਇੱਕ ਹੀ ਬਹਿ ਮਾਨੀ
ਅਵਰ ਜਤਨ ਕਰ ਰਹੇ ਬਹੁ ਤੇਰੇ, ਤਿਲ ਤਿਲ ਨਹੀਂ ਕੀਮਤ ਜਾਨੀ ਰਹਾਉ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰਦੀਨੋ ਮੰਤਾਨੇ, ਡਿਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੇ। ਹੋਏ ਜੋ ਬੀਚ ਹਮ ਤੁਮ ਕਛ ਹੋਤੇ, ਤਿਨਕੀ ਬਾਤ ਬਿਲਾਨੇ। ਅਲੰਕਾਰ ਮਿਲ ਥੈਲੀ ਹੋਈ ਹੈ, ਤਾਂ ਤੇ ਕਣਕ ਵਖਾਨੇ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ। ਕਹੋ ਨਾਨਕ ਨਿਹਚਲ ਘਰ ਬਾਤਿਓ, ਗੁਰ ਕੀਓ ਗੰਧਾਨੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ। ਕਹੋ ਨਾਨਕ ਨਿਹਚਲ ਘਰ ਬਾਤਿਓ, ਗੁਰ ਕੀਓ ਗੰਧਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਰਜਿੰਦਰ ਕੌਰ ਦੀ ਅੰਤਮ ਅਰਦਾਸ ਵਿੱਚ ਗੁਰੂ ਜੀ ਸਾਹਿਬ ਸੰਗਤ ਜੀ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਪ੍ਰਮਾਣ ਹੈ, ਰਾਣਾ ਰੌਣਾ ਕੋਰ ਹੈ, ਆਨੰਦ ਨਾ ਤੁੰਗ ਫਕੀਰ, ਮਾਰੀ ਆਪੋ ਆਪਣੀ ਕੋਏ ਨਾ ਬੰਦੇ ਦੀ। ਸਾਡੇ ਸਤਿਕਾਰਯੋਗ ਮਾਤਾ ਰਵਿੰਦਰ ਕੌਰ ਜੀ, ਇਹਨਾਂ ਨੂੰ ਜਿੰਨੀ ਕੁ ਅਕਾਲ ਪੁਰਖ ਨੇ ਸਵਾਸਾ ਰੂਪੀ ਪੂੰਜੀ ਬਖਸ਼ੀ ਸੀ ਉਹ ਪੂਰੀ ਕਰਦਿਆਂ ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸਾਧ ਸੰਗਤ ਜੀ, ਜਦੋਂ ਵੀ ਅਸੀਂ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਅੰਤਮ ਅਰਦਾਸ ਵਿੱਚ ਜੁੜ ਬੈਠਦੇ ਹਾਂ ਤਾਂ ਇਸ ਨਾਲ ਗੱਲ ਕਰਦੇ ਹਾਂ ਉੱਥੇ ਉਹਨਾਂ ਦਾ ਜਿਹੜਾ ਸਮਾਜਿਕ ਜੀਵਨ ਸੀ, ਰਾਜਨੀਤਿਕ ਜੀਵਨ ਸੀ, ਉਹਦੇ ਬਾਰੇ ਵਿੱਚ ਵੀ ਗੱਲ ਕਰਨੀ ਬਣਦੀ ਹੈ। ਉਹ ਲਗਾਤਾਰ 15 ਸਾਲ ਨਗਰ ਦੀ ਪੰਚਾਇਤ ਦੇ ਮੈਂਬਰ ਰਹੇ, ਜਿੱਥੇ ਮੈਂਬਰ ਰਹਿੰਦਿਆਂ ਉਹਨਾਂ ਦੇ ਵਿੱਚ ਇੱਕ ਸਿਫਤ ਸੀ ਕਿ ਹਰ ਗੱਲ ਨੂੰ ਜੁਰਤ ਦੇ ਨਾਲ ਕਹਿਣਾ, ਮੂੰਹ 'ਤੇ ਕਹਿ ਦੇਣਾ ਇਹ ਹਰ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੁੰਦੀ। ਲੇਕਿਨ ਉਹਨਾਂ ਦੇ ਵਿੱਚ ਇੱਕ ਵੱਡਾ ਗੁਣ ਸੀ, ਭਾਵੇਂ ਉਹ ਗੱਲ ਕਿਸੇ ਦੇ ਗਿੱਟੇ ਲੱਗੇ ਗੋਡੇ ਲੱਗੇ, ਲੇਕਿਨ ਉਹ ਕਹਿ ਦਿੰਦੇ ਸਨ, ਇਹ ਉਹਨਾਂ ਦਾ ਇੱਕ ਗੁਣ ਸੀ। ਇਸੇ ਕਰਕੇ ਉਹ ਲਗਾਤਾਰ 15 ਸਾਲ ਪੰਚਾਇਤ ਮੈਂਬਰ ਰਹੇ। ਅੱਜ ਵੀ ਉਹਨਾਂ ਦੀ ਨੂੰਹ ਬੀਬੀ ਦਵਿੰਦਰ ਕੌਰ ਸਾਡੇ ਇਸ ਪਿੰਡ ਦੀ ਪੰਚਾਇਤ ਦੇ ਮੈਂਬਰ ਨੇ। ਇਸੇ ਕਰਕੇ ਜੇ ਉਹਨਾਂ ਦਾ ਕੀਤੇ ਹੋਏ ਚੰਗੇ ਕੰਮ ਦੇ ਸਦਕਾ ਹੀ ਜਿਹੜੇ ਨਗਰ ਵਾਸੀ ਨੇ ਉਹਨਾਂ ਨੂੰ ਹਰ ਕੰਮ ਦੇ ਵਿੱਚ ਪਹਿਲ ਦਿੰਦੇ ਨੇ। ਉੱਥੇ ਸਮਾਜਿਕ ਜੀਵਨ ਦੀ ਵੀ ਗੱਲ ਕਰਾਂ, 1981-82 ਤੋਂ ਲਗਾਤਾਰ ਪਿੰਡ ਦੇ ਵਿੱਚ ਮਹਿਲਾ ਮੰਡਲ ਦੇ ਉਪ ਪ੍ਰਧਾਨ ਸਨ। ਅੰਤਮ ਸਮੇਂ ਤੱਕ ਉਹ ਇਸ ਅਹੁਦੇ 'ਤੇ ਵੀ ਬਣੇ ਰਹੇ ਨੇ, ਕਿਉਂਕਿ ਮਹਿਲਾ ਮੰਡਲ ਜੋ ਰਜਿਸਟਰਡ ਸਰਕਾਰ ਵੱਲੋਂ ਹੁੰਦੇ ਨੇ ਉਹਨਾਂ ਦੇ ਵੀ ਕੰਮ ਜਿਹੜੇ ਸਮਾਜਿਕ ਜੀਵਨ ਨੂੰ, ਔਰਤਾਂ ਦੇ ਸਮਾਜਿਕ ਜੀਵਨ ਨੂੰ ਉੱਚਾ ਚੱਕਣ ਦੇ ਲਈ ਹੁੰਦੇ ਨੇ, ਉਸ 'ਤੇ ਵੀ ਉਹ ਜੀਵਨ ਭਰ ਦੇ ਲਈ ਉਪ ਪ੍ਰਧਾਨ ਰਹੇ ਨੇ। ਇਹ ਉਹਨਾਂ ਦੀ ਇੱਕ ਵਿਸ਼ੇਸ਼ਤਾ ਸੀ। ਇਸੇ ਵਿਸ਼ੇਸ਼ਤਾ ਦਾ ਸਦਕਾ ਅੱਜ ਉਹਨਾਂ ਦਾ ਪਰਿਵਾਰ, ਉਹਨਾਂ ਦੇ ਸਹੀ ਸੰਸਕਾਰ, ਉਹਨਾਂ ਦੇ ਸਪੁੱਤਰ,
ਨੰਬਰਦਾਰ ਹਰਜੀਤ ਸਿੰਘ ਜੀ ਅਤੇ ਸਰਦਾਰ ਕੁਲਦੀਪ ਸਿੰਘ ਜੀ ਇਲਾਕੇ ਦੇ ਵਿੱਚ ਕਿਸੇ ਵੀ ਜਾਣ ਪਛਾਣ ਦੇ ਮਹਿਤਾਜ ਨਹੀਂ। ਅੱਜ ਪੂਰੇ ਇਲਾਕੇ ਦੇ ਵਿੱਚੋਂ ਵੱਖ ਵੱਖ ਰਾਜਨੀਤਿਕ ਪਾਰਟੀਆਂ, ਸਮਾਜਕ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਏ। ਸੈਕਟਰੀ ਬਰਵਾਲਾ ਸਰਦਾਰ ਸੁਖਵਿੰਦਰ ਸਿੰਘ ਜੀ, ਸੈਕਟਰੀ ਕੁਹਾੜਾ ਸਰਦਾਰ ਤੇਜ ਸਿੰਘ ਜੀ, ਪ੍ਰਧਾਨ ਕੁਹਾੜਾ ਸੁਸਾਇਟੀ ਸਰਦਾਰ ਮੂਲਾ ਸਿੰਘ ਜੀ ਬਰਵਾਲਾ, ਸਰਦਾਰ ਦਲਜੀਤ ਸਿੰਘ ਜੀ ਬਰਵਾਲਾ, ਸਰਦਾਰ ਹਰਪ੍ਰੀਤ ਸਿੰਘ ਜੀ ਹੈਪੀ ਸਾਹਨੇਵਾਲ, ਸਰਦਾਰ ਸਤਿੰਦਰ ਸਿੰਘ ਜੀ ਸਰਪੰਚ ਕੂਮ ਖੁਰਦ, ਸਰਦਾਰ ਰਘਵੀਰ ਸਿੰਘ ਜੀ ਭਾਗਪੁਰ, ਸਰਦਾਰ ਰਾਜਵੰਤ ਸਿੰਘ ਜੀ ਪੂਰਬਾ, ਅਮਰਾਜਪ੍ਰੀਤ ਸਿੰਘ ਜੀ ਪ੍ਰੀਤ ਸਿੰਘ ਜੀ ਜੱਲਾ, ਸ਼੍ਰੀ ਸੁਸ਼ੀਲ ਕੁਮਾਰ ਜੀ ਸ਼ੀਲਾ, ਸ਼੍ਰੀ ਚੰਚਲ ਸਿੰਘ ਜੀ ਸਾਹਨੇਵਾਲ, ਜਥੇਦਾਰ ਪ੍ਰੀਤਮ ਸਿੰਘ ਜੀ ਮਾਨਗੜ੍ਹ, ਸ੍ਰੀ ਹਿੰਦ ਸਰਪੰਚ ਸਾਬਕਾ ਸਰਪੰਚ ਬੁੱਢੇਵਾਲ, ਸਰਦਾਰ ਜੋਰਾ ਸਿੰਘ ਜੀ ਬੁੱਢੇਵਾਲ, ਸਰਦਾਰ ਉਦੇ ਰਾਜ ਸਿੰਘ ਜੀ ਗਿੱਲ ਸੀਨੀਅਰ ਕਾਂਗਰਸੀ ਆਗੂ ਜੰਡਿਆਲੀ, ਇਹਨਾਂ ਸਾਰਿਆਂ ਨੂੰ ਅਸੀਂ ਸਮਾਂ ਨਹੀਂ ਦੇ ਸਕਦੇ, ਉੱਥੇ ਇਹਨਾਂ ਦੇ ਅਸੀਂ ਧੰਨਵਾਦ ਵੀ ਕਰਦੇ ਹਾਂ ਜੋ ਇਹਨਾਂ ਸਾਡੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਆਏ ਨੇ। ਸੋ ਮੈਂ ਹੁਣ ਬੇਨਤੀ ਕਰਦਾ ਸਾਡੇ ਕਾਂਗਰਸ ਪਾਰਟੀ ਦੇ, ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਜੀ ਬਾਜਵਾ, ਉਹ ਆ ਕੇ ਦੋ ਸ਼ਬਦ ਪਰਿਵਾਰ ਨਾਲ ਦੁੱਖ ਸਾਂਝਾ ਕਰਨ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਮਾਤਾ ਰਜਿੰਦਰ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਹਾਂ। ਸੋ ਮਾਤਾ ਜੀ, ਮੈਂ ਸਮਝਦਾ 75-76 ਸਾਲ ਦੇ ਸੀ ਕਿ ਸਦੀਵੀ ਵਿਛੋੜਾ ਦੇ ਗਏ। ਜਿਸ ਤਰ੍ਹਾਂ ਸਰਪੰਚ ਸਾਹਿਬ ਨੇ, ਕੁਲਵੀਰ ਜੀ ਨੇ ਦੱਸਿਆ ਕਿ ਪਿੰਡ ਦੇ ਪ੍ਰਤੀ ਸੇਵਾਵਾਂ, ਲੰਬਾ ਸਮਾਂ ਮੈਂਬਰ ਪੰਚਾਇਤ ਰਹੇ, ਔਰ ਉਹਨਾਂ ਦੀ ਇੱਕ ਸ਼ਖਸੀਅਤ ਸੀ ਕਿ ਆਪਣੀ ਰਾਏ ਰੱਖਦੇ ਸੀ। ਕਈ ਵਾਰੀ ਆਪਾਂ ਬਣ ਜਾਂਦੇ ਹਾਂ ਕੁਛ ਤੇ ਚੁੱਪ ਚਪੀਤੇ ਬੈਠ ਕੇ ਵੀ ਸਾਨੂੰ ਕੋਈ ਮਾੜਾ ਨਾ ਕਹੇ, ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾ ਕੇ ਅਸੀਂ ਆ ਜਾਂਦੇ ਹਾਂ। ਸੋ ਆਪਣੀ ਰਾਏ ਰੱਖਣੀ, ਆਪਣੀ ਗੱਲ ਮਨਾਉਣੀ ਇੱਕ ਵੱਡੀ ਸ਼ਖਸੀਅਤ ਦਾ, ਮੈਂ ਸਮਝਦਾ ਪਿੰਡ ਦੇ ਵਿੱਚ ਉਹਨਾਂ ਨੇ ਯੋਗਦਾਨ ਪਾਇਆ। ਸੋ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਪਰਿਵਾਰ ਨੂੰ ਚੰਗੇ ਤਰੀਕੇ ਨਾਲ ਪੜ੍ਹਾ ਲਿਖਾ ਕੇ, ਦੋਨੋਂ ਬੇਟੇ ਜਿਸ ਤਰ੍ਹਾਂ ਸਰਦਾਰ ਹਰਜੀਤ ਸਿੰਘ ਨੰਬਰਦਾਰੀ ਦੀ ਸੇਵਾ ਜਿਹੜੇ ਨਗਰ ਵਾਸਤੇ ਨਿਭਾ ਰਹੇ ਨੇ, ਕੁਲਦੀਪ ਸਿੰਘ ਜਿਹੜਾ ਨੌਜਵਾਨ ਸਾਡੇ ਨਾਲ ਕਾਂਗਰਸ ਪਾਰਟੀ ਚ ਸਾਥੀ ਹੈ, ਔਰ ਸਾਡੀ ਭੈਣ ਜਿਹੜੀ ਇੰਗਲੈਂਡ ਦੇ ਵਿੱਚ ਵਧੀਆ ਸੈੱਟ ਨੇ। ਸੋ ਇਸ ਤਰ੍ਹਾਂ ਆਪਣੇ ਪਰਿਵਾਰ ਦੇ ਪ੍ਰਤੀ ਵੀ ਉਹਨਾਂ ਨੇ, ਮੈਂ ਸਮਝਦਾ, ਪੂਰੀਆਂ ਜ਼ਿੰਮੇਵਾਰੀਆਂ ਨਿਭਾਈਆਂ, ਔਰ ਸਮਾਜ ਦੇ ਨਾਲ ਵੀ ਜਿੰਨਾ ਖੜ ਸਕੇ ਉਨਾ ਖੜੇ, ਔਰ ਧਾਰਮਿਕ ਤੌਰ ਤੇ ਵੀ ਗੁਰੂ ਘਰ ਦੇ ਨਾਲ ਪੂਰਾ ਜੀਵਨ ਬਤੀਤ ਕਰਿਆ ਉਹਨਾਂ ਨੇ। ਸੋ ਬੜੇ ਘੱਟ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਸਾਰਿਆਂ ਪਾਸੇ ਹੀ ਇੱਕ ਆਪਣੀ ਅਲੱਗ ਪਹਿਚਾਣ ਵਾਲੇ ਹੁੰਦੇ ਨੇ ਕਿ ਆਪਣਾ ਉਹਨਾਂ ਨੇ ਯੋਗਦਾਨ ਪਾਇਆ। ਸੋ ਅੱਜ ਸਾਰੀ ਸੰਗਤ, ਸਾਰੇ ਰਿਸ਼ਤੇਦਾਰ, ਦੋਸਤ ਮਿੱਤਰ ਜਿੱਥੇ ਪਰਿਵਾਰ ਦੇ ਨਾਲ ਦੁੱਖ ਮਨਾਉਣ ਵਾਸਤੇ ਆਏ ਆ, ਸੋ ਸਾਰਿਆਂ ਨੇ ਰਲ ਕੇ ਅਰਦਾਸ ਕੀਤੀ ਹੈ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ, ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਮੀਤ ਸਿੰਘ ਜੀ ਗੱਲ, ਬਲਾਕ ਪ੍ਰਧਾਨ ਜੋਤ ਕਾਂਗਰਸ ਸਾਹਨੇਵਾਲ, ਸਰਦਾਰ ਜਸਵੀਰ ਸਿੰਘ ਜੀ ਜੱਸੀ ਕਾਮੂ ਮਾਜਰਾ, ਜਿਹੜੇ ਪੀਏ ਨੇ ਸਰਦਾਰ ਲਖਵੀਰ ਸਿੰਘ ਜੀ ਲੱਖਾ ਪੈਣ ਐਮ ਐਲ ਏ ਦੇ, ਉਹ ਵੀ ਪਰਿਵਾਰ ਦਾ ਦੁੱਖ ਸਾਂਝਾ ਕਰਨ ਲਈ ਪਹੁੰਚੇ ਨੇ। ਸਰਦਾਰ ਜਗਰਾਜ ਸਿੰਘ ਜੀ ਗਿੱਲ ਜੰਡਿਆਲੀ, ਸਾਰਿਆਂ ਦਾ ਧੰਨਵਾਦ। ਜੇ ਕੋਈ ਪੁਰਾਣੇ ਅਖਾੜੇ ਵਿੱਚ ਕਿਸੇ ਬਹੁਤ 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 ਸ਼ਖਸੀਅਤ ਦਾ ਨਾਂ ਰਹਿ ਗਿਆ ਹੋਵੇ ਤਾਂ ਬਖਸ਼ਣ ਯੋਗ ਹੋ, ਸਤਪੁਰ ਬਖਸ਼ਣ ਯੋਗ ਨੇ। ਸੋ ਉਹ ਬੇਨਤੀ ਹੈ ਸਾਰੀਆਂ ਸੰਸਥਾ ਨੂੰ ਭਾਈ, ਜਿਹਨਾਂ ਨੇ ਲੰਗਰ ਪਾਣੀ ਨਹੀਂ ਛਕਿਆ, ਉਹ ਗੁਰੂ ਘਰ ਲੰਗਰ ਤਿਆਰ ਹੈ, ਲੰਗਰ ਛਕਦੇ ਜਾਣ, ਅਤੇ ਚਾਹ ਦਾ ਲੰਗਰ ਵੀ ਤਿਆਰ ਹੈ। ਸਾਰੀਆਂ ਸੰਸਥਾ ਨੂੰ ਬੇਨਤੀ ਹੈ ਭਾਈ, ਚਾਹ ਛੱਕ ਜਾਇਓ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੰਡੀਆਂ ਨੂੰ